ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਕੇ ਨੋਟੀਫਿਕੇਸ਼ਨ ਓਨ ਕਰ ਲਓ ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਸਿੰਘ ਮੇਰੇ ਚੈਨਲ ਮੇਂ ਆਪ ਸਭੀ ਦਾ ਸਵਾਗਤ ਹੈ ਦੋਸਤੋ ਅੱਜ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਆਇਆ ਹਾਜ਼ਰ ਹੋ ਚੁੱਕਾ ਹਾਂ ਜੀ ਵੀਡੀਓ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਕੌਣ-ਕੌਣ ਅਪਲਾਈ ਕਰ ਸਕਦਾ ਅਪਲਾਈ ਕਰਨਾ ਕਿਵੇਂ ਆ ਏਜ ਕੀ ਹੋਵੇਗੀ ਕੁਆਲਿਫੀਕੇਸ਼ਨ ਕੀ ਹੋਊਗੀ ਪੂਰਾ ਡਿਟੇਲਸ ਦੱਸਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਇਹ ਕੰਟੈਕਟ ਨੰਬਰ ਦਿੱਤਾ ਹੈ ਜੀ ਇਹਦੇ ਉੱਪਰ ਤੁਸੀਂ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਜੀ ਏਜ ਲਿਮਿਟ ਜੀ 18 ਤੋਂ ਲੈ ਕੇ 37 ਸਾਲ ਤੁਹਾਡੀ ਏਜ ਆ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਲਾਸਟ ਡੇਟ ਆ ਜੀ 27/3/2019 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਅਪਲਾਈ ਤੁਸੀਂ ਰਜਿਸਟਰੀ ਜਾਂ ਸਪੀਡ ਪੋਸਟ ਦੁਆਰਾ ਅਪਲਾਈ ਕਰਨਾ ਜੀ ਦੋਸਤੋ ਇੱਕ ਫਾਰਮ ਆ ਜੀ ਉਹ ਇਹਨਾਂ ਦੀ ਆਫਸਲੀ ویب سائٹ ਤੇ ਉਪਲਬਧ ਹੈ ਨਹੀਂ ਤਾਂ ਉਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿਆਂਗਾ ਔਰ ਤੁਹਾਨੂੰ ਦਿਖਾਵਾਂਗਾ ਕਿ ਕਿਹੜਾ ਤੁਸੀਂ ਭਰ ਕੇ ਭੇਜਣਾ ਹੈ ਪੋਸਟ ਨੰਬਰ 1 ਜੀ ਸੈਂਟਰ ਐਡਮਿਨਿਸਟਰਾਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ 25000 ਰੁਪਿਆ ਪਰ ਮੰਥ ਸੈਲਰੀ ਰਹੇਗੀ ਲਾਰ ਡਿਗਰੀ ਇਹਨਾਂ ਨੇ ਕੀਤੀ ਆ ਮਾਸਟਰ ਇਨ ਸੋਸ਼ਲ ਵਰਕ ਵਿੱਚ ਔਰ 5 ਸਾਲਾਂ ਦਾ ਇਹਨਾਂ ਕੋਲ ਐਕਸਪੀਰੀਅੰਸ ਆ ਵਰਕਿੰਗ ਦਾ ਵਾਇਲੈਂਸ ਅਗੇਂਸਟ ਊਮਨ ਦੇ ਗਵਰਨਮੈਂਟ ਜਾਂ ਨਾਨ ਗਵਰਨਮੈਂਟ ਦਾ ਔਰ 10ਵੀਂ ਇਹਨਾਂ ਨੇ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੈ ਅਪਲਾਈ ਕਰ ਸਕਦੇ ਨੇ ਜੀ ਓਨਲੀ ਫੀਮੇਲ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਜੋਬ ਲਈ ਪੋਸਟ ਨੰਬਰ 2 ਜੀ ਪੈਰਾ ਲੀਗਲ ਪਰਸਨਲ ਅਡ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ 16000 ਰੁਪਿਆ ਪਰ ਮੰਥ ਸੈਲਰੀ ਰਹੇਗੀ ਲਾ ਇਹਨਾਂ ਨੇ ਸੋਸ਼ਲ ਸਾਇੰਸ ਵਿੱਚ ਕੀਤੀ ਹੋਈ ਹੈ ਔਰ 3 ਸਾਲਾਂ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਵਰਕਿੰਗ ਦਾ ਔਰ 10ਵੀਂ ਇਹਨਾਂ ਨੇ ਪੰਜਾਬੀ ਪਾਸ ਨਾਲ ਪਾਸ ਕੀਤੀ ਜੀ ਅਪਲਾਈ ਕਰ ਸਕਦੇ ਨੇ ਜੀ ਓਨਲੀ ਫੀਮੇਲ ਕੈਂਡੀਡੇਟ ਲਈ ਇਹ ਜੋਬ ਹੈ ਜੀ ਪੋਸਟ ਨੰਬਰ 3 ਜੀ ਕਾਉਂਸਲਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ 15000 ਰੁਪਏ ਪਰ ਮਹੀਨਾ ਸੈਲਰੀ ਰਹੇਗੀ ਪੋਸਟ ਗ੍ਰੈਜੂਏਟ ਡਿਗਰੀ ਨੇ ਕੀਤੀ ਹੈ ਸੋਸ਼ਲ ਵਰਕ ਵਿੱਚ ਔਰ 3 ਸਾਲਾਂ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਕਾਉਂਸਲਰ ਦਾ ਅਪਲਾਈ ਕਰ ਸਕਦੇ ਨੇ ਜੀ ਓਨਲੀ ਫੀਮੇਲ ਕੈਂਡੀਡੇਟ ਲਈਏ ਜੌਬ ਹੈ ਜੀ ਪੋਸਟ ਨੰਬਰ 4 ਜੀ ਕੇਸ ਵਰਕਰ ਦੀ ਪੋਸਟ ਹੈ ਜੀ ਦੋ ਪੋਸਟਾਂ ਨੇ ਜੀ ਜਰਨਲ ਦੀ ਇੱਕ ਹੈ ਜੀ ਐਸਸੀ ਦੀ ਇੱਕ ਹੈ ਜੀ 12000 ਰੁਪਏ ਪਰ ਮਹੀਨਾ ਸੈਲਰੀ ਰਹੇਗੀ ਲਾਰ ਡਿਗਰੀ ਮਾਸਟਰ ਇਨ ਸੋਸ਼ਲ ਵਰਕ ਵਿੱਚ ਇਹਨਾਂ ਨੇ ਕੀਤੀ ਹੈ 3 ਸਾਲਾਂ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਵਰਕਿੰਗ ਦਾ ਔਰ ਦਸਮੀ ਨੇ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੈ ਅਪਲਾਈ ਕਰ ਸਕਦੇ ਨੇ ਜੀ ਓਨਲੀ ਫੀਮੇਲ ਕੈਂਡੀਡੇਟ ਲਈ ਇਹ ਜੋਬ ਹੈ ਜੀ ਪੋਸਟ ਨੰਬਰ 5 ਆਈਟੀ ਸਟਾਫ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਐਸਸੀ ਲਈ ਜੀ 15000 ਰੁਪਏ ਪਰ ਮਹੀਨਾ ਸੈਲਰੀ ਹੋਏਗੀ ਗ੍ਰੈਜੂਏਟ ਵਿਦ ਡਿਪਲੋਮਾ ਕੰਪਿਊਟਰ ਆਈਟੀ ਵਿੱਚ ਇਹਨਾਂ ਨੇ ਕੀਤਾ ਹੈ ਔਰ 3 ਸਾਲਾਂ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਡਾਟਾ ਮੈਨੇਜਮੈਂਟ ਦਾ ਔਰ ਦਸਮੀ ਨੇ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੈ ਅਪਲਾਈ ਕਰ ਸਕਦੇ ਨੇ ਜੀ ਮੇਲ ਫੀਮੇਲ ਦੋਨੋਂ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਐਪਲੀਕੇਸ਼ਨ ਫਾਰਮ ਹੈ ਜੀ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਵਾਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜ੍ਹਨ ਤੋਂ ਬਾਅਦ ਤੁਸੀਂ ਇਹਨੂੰ ਫਿਲਪ ਕਰ ਲੈਣਾ ਔਰ ਪੂਰੇ ਡਾਕੂਮੈਂਟਸ ਆਪਣੇ ਇਹ ਫਾਰਮ ਦੇ ਨਾਲ ਅਟੈਚ ਕਰਕੇ ਜੋ ਐਡਰੈਸ ਉਹਨਾਂ ਨੇ ਮੈਂਸ਼ਨ ਕਰਿਆ ਉਸ ਐਡਰੈਸ ਉੱਤੇ ਤੁਸੀਂ ਭੇਜ ਦੇਣਾ ਜੀ ਡਾਕ ਦੁਆਰਾ ਦੋਸਤੋ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ ਜਿਆਦਾ ਜਿਆਦਾ ਫੈਲਾ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ